ਸਭ ਤੋਂ ਵੱਡਾ ਸਵਾਲ ਤਾਂ ਸਾਡੀ ਪਹਿਲਵਾਨ ਧੀ ਵਿਨੇਸ਼ ਫੋਗਟ ਦੇ ਹਵਾਲੇ ਨਾਲ। ਵਿਨੇਸ਼ ਫੋਗਟ, ਅਲਵਿਦਾ ਕੁਸ਼ਤੀ, ਮਾਂ ਮੈਂ ਹਾਰ ਗਈ। 100 ਗ੍ਰਾਮ ਹੇਠਾਂ ਦੱਬ ਕੇ ਰਹਿ ਗਈਆਂ ਭਾਰਤੀਆਂ ਦੀਆਂ ਉਮੀਦਾਂ। 100 ਗ੍ਰਾਮ ਵਿਨੇਸ਼ ਫੋਗਟ ਨੇ ਅਪੀਲ ਪਾਈ ਹੈ, ਸਿਲਵਰ ਮੈਡਲ ਲਈ ਅਪੀਲ ਪਾਈ ਹੈ। ਪਹਿਲਾਂ ਉਹਨੇ ਫਾਈਨਲ ਖੇਡਣ ਦੇ ਹਵਾਲੇ ਨਾਲ ਅਪੀਲ ਪਾਈ ਸੀ, ਫਿਰ ਉਹਨਾਂ ਨੇ ਉਸ ਅਪੀਲ ਨੂੰ ਦਰੁਸਤ ਕਰਕੇ ਸਿਲਵਰ ਮੈਡਲ ਲਈ, ਕਿਉਂਕਿ ਜਿਸ ਪੁਜੀਸ਼ਨ ਤੱਕ ਉਹ ਜਿੱਤ ਕੇ ਆਈ ਉਸ ਪੁਜੀਸ਼ਨ ਤੱਕ ਉਹ ਸਹੀ ਵਜਨ ਨਾਲ ਜਿੱਤ ਕੇ ਆਈ, ਅਤੇ ਉਸ ਪੁਜੀਸ਼ਨ 'ਤੇ ਆ ਕੇ ਉਹ ਤਾਂ ਸਿਲਵਰ ਮੈਡਲ ਤਾਂ ਪੱਕਾ ਹੈ ਨਾ, ਜੋ ਮੈਚ ਨਹੀਂ ਖੇਡ ਰਹੀ ਤਾਂ ਉਹਨੂੰ ਕਹਿੰਦੇ ਸਿਲਵਰ ਮੈਡਲ ਦਿੱਤਾ ਜਾਵੇ, ਇਹਦੇ ਵਾਲੇ ਉਹਨੇ ਅਪੀਲ ਪਾਈ ਹੈ। ਨਵਦੀਪ ਗਿੱਲ ਹੋਰਾਂ ਨਾਲ ਮੇਰੀ ਲਗਾਤਾਰ ਗੱਲ ਹੁੰਦੀ ਰਹੀ, ਉਹਨਾਂ ਨੇ ਬਕਾਇਦਾ ਉਹ ਕੀਨੀ ਵਾਲੀ ਫੇਥ ਦੌੜਾਕ ਦਾ ਜ਼ਿਕਰ ਵੀ ਕੀਤਾ। 5000 ਮੀਟਰ ਦੀ ਰੇਸ ਦੇ ਵਿੱਚ ਕੀਨੀਆ ਦੀ ਫੇਥ ਜਿਹੜੀ ਦੌੜਾਕ ਸੀ ਉਹ ਦੂਜੇ ਨੰਬਰ 'ਤੇ ਆਉਂਦੀ ਆ, ਪਰ ਪਿਛਲੀ ਦੌੜ ਦੇ ਵਿੱਚ ਉਹ ਇੱਕ ਸਾਥੀ ਦੌੜਾਕ ਨਾਲ ਖੇਡਣ ਕਰਕੇ ਉਹਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਂਦਾ, ਅਤੇ ਉਹ ਅਪੀਲ ਪਾਉਂਦੀ ਹੈ, ਅਤੇ ਉਸ ਅਪੀਲ ਦੀ ਸੁਣਵਾਈ ਦੇ ਵਿੱਚ ਉਸ ਨੂੰ ਦੂਏ ਨੰਬਰ 'ਤੇ ਬਰਕਰਾਰ ਰੱਖਦਿਆਂ, ਡਿਸਕੁਆਲੀਫਾਈ ਰੱਦ ਕਰਦਿਆਂ ਉਸ ਨੂੰ ਸਿਲਵਰ ਮੈਡਲ ਮਿਲਦਾ। ਹੁਣ ਵਿਨੇਸ਼ ਫੋਗਟ ਲਗਾਤਾਰ ਇੱਕ ਦਿਨ 'ਚ 3 ਮੁਕਾਬਲੇ ਜਿੱਤਦੀ ਹੈ, ਅਤੇ ਸੈਮੀਫਾਈਨਲ ਜਿੱਤ ਕੇ ਉਹ ਫਾਈਨਲ 'ਚ ਪਹੁੰਚਦੀ ਹੈ। ਜੇ ਫਾਈਨਲ 'ਚ ਹਾਰਦੀ ਤਾਂ ਉਹਨੂੰ ਸਿਲਵਰ ਮਿਲਦਾ ਸੀ, ਜੇ ਜਿੱਤਦੀ ਤਾਂ ਗੋਲਡ ਮਿਲਦਾ ਸੀ, ਮਤਲਬ ਸਿਲਵਰ ਤਾਂ ਉਹਦਾ ਦਾਖਲ ਹੋਣ ਤੋਂ ਪਹਿਲਾਂ ਪੂਰਾ ਹੋ ਗਿਆ, ਅਤੇ ਉੱਥੇ ਤੱਕ ਉਹ ਸਹੀ ਕੈਟਾਗਰੀ 'ਚ ਸਹੀ ਵਜਨ 'ਚ ਜਿੱਤ ਕੇ ਆਈ ਹੈ। ਪਰ ਹੁਣ ਕਹਿੰਦੇ ਜੀ ਨਿਯਮ ਸੀ, ਨਿਯਮਾਂ ਦੇ ਤਹਿਤ ਵਜਨ 50 ਗ੍ਰਾਮ ਤੱਕ ਦੀ ਛੂਟ ਸੀ, 50 ਕਿਲੋ 50 ਗ੍ਰਾਮ ਵੀ ਜੇ ਹੁੰਦਾ ਸਰ ਜਾਂਦਾ, ਇੱਥੇ 100 ਗ੍ਰਾਮ ਵੱਧ ਅੜ ਗਿਆ, ਉਹਦੇ ਕਰਕੇ ਪੰਗਾ ਪੈ ਗਿਆ। ਅਤੇ ਆਖਰ ਉਹਨੇ ਅੱਜ ਆਪਣੇ ਟਵੀਟ ਦੇ ਉੱਤੇ ਲਿਖ ਦਿੱਤਾ, ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ, ਮਾਫ ਕਰਨਾ ਤੁਹਾਡੇ ਸੁਪਨੇ ਅਤੇ ਮੇਰੀ ਹਿੰਮਤ, ਸਭ ਕੁਝ ਟੁੱਟ ਕੇ ਰਹਿ ਗਿਆ। ਵਿਨੇਸ਼ ਫੋਗਟ ਨੇ ਲਿਖਿਆ, ਅਲਵਿਦਾ ਕੁਸ਼ਤੀ, ਮਾਂ ਮੈਂ ਹਾਰ ਗਈ। ਵਿਨੇਸ਼ ਫੋਗਟ ਓਲੰਪਿਕ ਦੇ ਵਿੱਚ ਗੋਲਡ ਮੈਡਲ ਦੀ ਉਮੀਦ ਜਗਾ ਕੇ ਬਾਹਰ ਹੋਈ, ਪਰ ਵਜਨ ਵਧਣਾ ਅਤੇ ਵਜਨ ਘਟਾਉਣ ਲਈ ਕੋਸ਼ਿਸ਼ ਆ। ਜੇ 2 ਕਿਲੋ ਤੋਂ ਉੱਪਰ ਦਾ ਵਜਨ ਕੁੜੀ ਨੇ ਇੱਕ ਰਾਤ ਦੇ ਵਿੱਚ ਘਟਾਇਆ ਤਾਂ ਇਹ ਉਹਦੀ ਹਿੰਮਤ ਹੈ, ਪਰ ਜੇ ਵਜਨ ਵਧਿਆ ਤਾਂ ਉਹਦੇ ਲਈ ਉਹਦੇ ਨਾਲ ਗਿਆ ਹੋਇਆ ਸਟਾਫ ਅਮਲਾ ਫਾਲਾ ਜ਼ਿੰਮੇਵਾਰ ਹੈ। ਮਤਲਬ ਐਡਾ ਵੱਡਾ ਈਵੈਂਟ ਹੈ ਪੈਰਿਸ ਓਲੰਪਿਕ, ਓਲੰਪਿਕ ਦੀਆਂ ਖੇਡਾਂ ਨੇ, ਅਤੇ ਕੋਚ, ਫਿਟਨੈਸ ਵਾਲੀਆਂ ਟੀਮਾਂ, ਮੈਨੇਜਰ, ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਗਾ ਕਿ ਅਸੀਂ ਕਿੰਨੀ ਡਾਇਟ ਕਦੋਂ ਦੇ ਰਹੇ ਹਾਂ, ਕੀ ਨਹੀਂ ਦੇ ਰਹੇ, ਕਿੰਨਾ ਫੈਟ ਦੇਤਾ, ਕਿੰਨਾ ਨਹੀਂ, ਕਿੰਨੀ ਐਨਰਜੀ ਦੀ ਲੋੜ ਸੀ। ਕਹਿੰਦੇ ਜੀ 3 ਮੈਚ ਲਗਾਤਾਰ ਸੀ, ਇਹ ਇਸ ਲਈ ਉਹਨਾਂ ਦੇ ਵਿੱਚ ਐਨਰਜੀ ਲਈ ਦੇਣਾ ਪੈ ਗਿਆ, ਅਤੇ 2 ਕਿਲੋ ਅਤੇ ਪਰ ਕੁੜੀ ਨੇ ਕੋਈ ਕਸਰ ਨਹੀਂ ਛੱਡੀ। ਵਿਨੇਸ਼ ਫੋਗਟ ਨੇ, ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਉਹ ਸਾਰੀ ਰਾਤ ਸੁੱਤੀ ਨਹੀਂ, ਉਸ ਨੇ ਸਵੀਮਿੰਗ, ਐਕਸਰਸਾਈਜ਼, ਹੈਂ ਮਤਲਬ ਜੋ ਕੁਛ, ਸਾਈਕਲਿੰਗ, ਸਾਰਾ ਕੁਝ ਜ਼ੋਰ ਲਾਇਆ, ਇੱਥੋਂ ਤੱਕ ਕਿ ਉਸ ਨੇ ਆਪਣੇ 9 ਕੱਟੇ, ਬਾਲ ਕੱਟੇ, ਹੋਰ ਤਾਂ ਹੋਰ, ਮੀਡੀਆ ਰਿਪੋਰਟਾਂ ਇਹ ਵੀ ਕਹਿੰਦੀ ਕਿ ਉਸਨੇ ਆਪਣਾ ਖੂਨ ਤੱਕ ਕਢਾਇਆ, ਅਤੇ ਆਖਰ ਉਹ ਬੇਹੋਸ਼ ਹੋ ਕੇ ਡਿੱਗੀ, ਹਸਪਤਾਲ ਦਾਖਲ ਹੋਈ, ਜਦੋਂ ਪਤਾ ਲੱਗਿਆ ਕਿ ਇੰਨੀ ਸਾਰੀ ਜੰਗ ਲੜ ਕੇ ਵੀ 100 ਗ੍ਰਾਮ। ਸੋ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਹੁਣ ਬਕਾਇਦਾ ਤੌਰ 'ਤੇ
ਚਾਂਦੀ ਦੇ ਤਗਮੇ ਲਈ ਅਪੀਲ ਪਾ ਦਿੱਤੀ ਗਈ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਵੀ ਇੱਕ ਟਵੀਟ ਕਿ ਤੂੰ ਸਾਡੀ ਗੋਲਡਨ ਗਰਲ ਆ, ਤੇਰੇ 'ਤੇ ਮਾਣ ਆ, ਉਹ ਆਇਆ। ਪਰ ਕੀ ਬਿਨੇਸ਼ ਫੋਗਟ ਮੈਡਲ ਲਈ ਲੜ ਰਹੀ ਸੀ ਜਾਂ ਖਿਡਾਰੀਆਂ ਦੇ ਹੱਕ ਲਈ ਵੀ ਲੜ ਰਹੀ ਸੀ, ਜਾਂ ਉਹ ਖਿਡਾਰੀਆਂ ਦੇ ਮਾਣ ਸਨਮਾਨ, ਖਾਸ ਕਰ ਔਰਤਾਂ ਦੇ ਖੇਡਾਂ ਦੇ ਵਿੱਚ ਹੋ ਰਹੇ ਸ਼ੋਸ਼ਣ ਨੂੰ ਲੈ ਕੇ ਜਿਹੜਾ ਉਹਨੇ ਸੰਘਰਸ਼ ਵਿੱਢਿਆ ਸੀ, ਉਸ ਦੀ ਵੀ ਲੜਾਈ ਲੜ ਰਹੀ ਸੀ। ਉਸੀ ਸੰਘ ਦੇ ਮੁਖੀ ਰਹੇ ਬ੍ਰਿਜਭੂਸ਼ਣ ਖਿਲਾਫ ਜੰਗ ਛਿੜੀ ਹੋਈ ਸੀ ਇਸ ਕੁੜੀ ਨੇ, ਉਹਦੇ ਵਿੱਚ ਮੋਹਰੀ ਸੀ। ਉਸ ਸਮੇਂ ਕਿਸੇ ਪ੍ਰਧਾਨ ਮੰਤਰੀ ਨੇ, ਕਿਸੇ ਮੰਤਰੀ ਨੇ, ਕਿਸੇ ਸਰਕਾਰ ਨੇ ਇਹਨਾਂ ਦੀ ਬਾਂਹ ਨਹੀਂ ਫੜੀ, ਲੜਾਈ ਲੜੀ ਇਹਨਾਂ ਨੇ। ਅਤੇ ਉਹੀ ਬ੍ਰਿਜਭੂਸ਼ਣ ਇਸ ਨੂੰ ਖੋਟਾ ਸਿੱਕਾ ਤਾਂ ਕਹਿੰਦਾ ਸੀ ਪਿਛਲੇ ਓਲੰਪਿਕ ਦੇ ਦੌਰਾਨ ਕਿ ਅਸੀਂ ਖੋਟਾ ਸਿੱਕਾ ਭੇਜਿਆ। ਇਸ ਲਈ ਉਹ ਬਹੁਤ ਕੁਛ ਸਾਹਮਣੇ ਲਿਆਉਣ ਦੇ ਲਈ ਲੜ ਰਹੀ ਸੀ। ਉਹ ਸਨਮਾਨ ਦੀ, ਹੋਂਦ ਦੀ, ਔਰਤ ਦੀ ਲੜਾਈ ਲੜ ਰਹੀ ਸੀ। ਉਹ ਭਾਰਤ ਦੇ ਖਿਡਾਰੀਆਂ ਦੀ ਲੜਾਈ ਲੜ ਰਹੀ ਸੀ। ਉਹ ਸਾਰੇ ਪਹਿਲੂ ਨੇ ਇੱਥੇ ਲਿਆ ਕੇ ਜਦੋਂ ਸੱਟਿਆ ਤਾਂ ਇਹ ਸਵਾਲ ਨੇ। ਇੱਕ ਪਾਸੇ ਓਲੰਪਿਕ ਦੇ ਨਿਯਮ ਨੇ ਕਿ ਵੀ 50 ਗ੍ਰਾਮ ਤੱਕ ਦੀ ਛੂਟ ਆ, ਇਹ ਤੋਂ ਵੱਧ ਨਹੀਂ, ਅਤੇ ਦੂਸਰੇ ਪਾਸੇ ਸਰਕਾਰ ਨਾਲ, ਸਿਸਟਮ ਨਾਲ, ਖੇਡ ਵਿਭਾਗ ਨਾਲ, ਐਸੋਸੀਏਸ਼ਨ ਨਾਲ ਇੱਕ ਜੰਗ ਚੱਲ ਰਹੀ ਆ। 53 ਕਿੱਲੋ ਭਾਰ 'ਚ ਖੇਡਦੀ ਸੀ, ਉਸ ਕੈਟਾਗਰੀ ਦੇ ਵਿੱਚ ਉਸਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਸੀ ਇਸ ਵਾਰ ਨਵੀਂ, ਹੈ ਨਾ, ਮਤਲਬ ਇਸ ਲਈ ਕਹਿੰਦੇ ਕਿ ਉਹਨੇ ਉਹ ਕੋਟਾ ਫਿਰ ਆਪਣਾ ਵਜ਼ਨ ਘਟਾ ਕੇ 50 ਕਿੱਲੋ ਵਾਲੇ 'ਚ ਫਿੱਟ ਕੀਤਾ ਅਤੇ ਆਖਰ ਉਹਨੂੰ ਜਾਣ ਦਾ ਮੌਕਾ ਮਿਲਿਆ। ਹੁਣ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਭੇਜਿਆ ਜੀ ਉਹ ਕਿਉਂ ਚਾਹੁੰਗੇ ਹੈਰਾਨ, ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਹਰਾਇਆ। ਪਰ ਇਹ ਜਵਾਬਦੇਹੀ ਤਾਂ ਬਣਦੀ ਆ ਨਾ ਕਿ ਨਾਲ ਗਿਆ ਅਮਲਾ ਫਾਲਾ ਸਟਾਫ ਕੀ ਇੰਨਾ ਗੈਰ ਜ਼ਿੰਮੇਵਾਰ, ਉਸਨੂੰ ਸਮਝੇ ਨਹੀਂ ਕਿ ਕੁੜੀ ਨੇ ਫਾਈਨਲ 'ਚ ਖੇਡਣਾ ਅਤੇ ਵਜ਼ਨ 'ਤੇ ਕੀ ਅਸਰ ਪੈਂਦਾ, ਕਿਵੇਂ ਹੁੰਦਾ, ਇੰਨੇ ਸਾਲਾਂ ਤਜਰਬਿਆਂ ਦਾ ਪਤਾ ਹੀ ਨਹੀਂ, ਕਿਉਂਕਿ ਇਹ ਪਹਿਲੀ ਵਾਰ ਨਹੀਂ। 2022 ਟੋਕੀਓ ਓਲੰਪਿਕ ਦੇ ਵਿੱਚ ਵੀ ਬਿਨੇਸ਼ ਫੋਗਟ ਨਾਲ ਦਿੱਕਤ ਆਈ ਸੀ, ਹੈ ਨਾ, ਇੰਡੀਅਨ ਰੈਸਲਰ ਫੈਡਰੇਸ਼ਨ ਦੇ, ਮਤਲਬ ਉਹ ਉਸ ਸਮੇਂ ਨੂੰ ਖੋਟਾ ਸਿੱਕਾ ਉਸੇ ਸਮੇਂ ਕਿਹਾ ਸੀ ਨਾ ਉਹਨੂੰ। ਸੋ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਦੀ ਉਸਨੇ ਬਹੁਤ ਕੁਝ ਸਾਬਤ ਕਰ ਦਿੱਤਾ। ਪਰ ਅੱਜ ਦੇ ਬੋਲ ਉਸਦੇ ਪੀੜ ਭਰੇ ਨੇ। ਅਲਵਿਦਾ ਕੁਸ਼ਤੀ, ਮਾਂ ਮੈਂ ਹਾਰ ਗਈ।